10 ਜੂਨ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਜਾਊਗੀ। ਦੂਸਰਾ ਜ਼ੋਨ 16 ਜੂਨ ਤੋਂ ਚੱਲੇਗਾ। ਤੀਜਾ 19 ਜੂਨ ਤੋਂ ਤੇ ਚੌਥਾ ਜਿਹੜਾ 21 ਜੂਨ ਤੋਂ ਝੋਨੇ ਦੀ ਲਵਾਈ ਜਿਹੜੀ ਕੁਝ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋਊਗੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੁਝ ਐਲਾਨ ਕੀਤੇ ਨੇ ਜਿਹੜੇ ਹਰ ਇੱਕ ਕਿਸਾਨ ਦੇ ਵਾਸਤੇ ਇੱਕ ਵਾਰੀ ਸੁਣ ਲੈਣੇ ਬੜੇ ਜ਼ਿਆਦਾ ਜ਼ਰੂਰੀ ਨੇ। ਸੋ ਆਪਾਂ ਬਿਲਕੁਲ ਡਿਟੇਲ ਦੇ ਵਿੱਚ ਸਾਰਾ ਕੁਝ ਤੁਹਾਨੂੰ ਦੱਸਦੇ ਆਂ। ਸਭ ਤੋਂ ਪਹਿਲਾਂ ਜਿਹੜੇ ਕਿਸਾਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਗਿਰ巴 ਕਰਕੇ ਜ਼ਰੂਰ ਕਰਕੇ ਨਾਲ ਬੈਲ ਜਿਹੜੀ ਉਹਨੂੰ ਦਬਾ ਲਓ। ਝੋਨੇ ਦੀ ਲਵਾਈ ਦੇ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਪ ਵਾਸਤੇ ਨਹਿਰੀ ਪਾਣੀ ਵੀ ਲਾਇਆ ਜਾਂਦਾ ਹੈ ਪਰ ਨਹਿਰੀ ਪਾਣੀ ਜਿਹੜਾ ਜ਼ਿਆਦਾਤਰ ਖਾਲਸਮਾਪਤ ਹੋ ਚੁੱਕੇ ਨੇ ਤੇ ਲਗਭਗ ਇਸ ਸਮੇਂ ਪੰਜਾਬ ਦੇ ਵਿੱਚ 13.91 ਲੱਖ ਮੋਟਰਾਂ ਚੱਲਦੀਆਂ ਨੇ ਝੋਨੇ ਨੂੰ ਪਾਣੀ ਦੇਣ ਦੇ ਵਾਸਤੇ ਜਿਹੜੀਆਂ 2016 ਦੇ ਵਿੱਚ 13.52 ਲੱਖ ਮੋਟਰਾਂ ਹੋਇਆ ਕਰਦੀਆਂ ਸੀ ਦਿਨੋਂ ਦਿਨ ਮੋਟਰਾਂ ਸੈਂਕੜੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਵਧਦੀਆਂ ਜਾਂਦੀਆਂ ਨੇ ਸੋ ਸਭ ਤੋਂ ਪਹਿਲੀ ਗੱਲ ਜਿਹੜੀ ਮੋਟਰਾਂ ਵਾਲੀ ਬਿਜਲੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਊਗੀ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੇ ਵਿੱਚ ਤੇ ਦੂਸਰੇ ਨੰਬਰ ਤੇ ਜਿਹੜੀ ਸਭ ਤੋਂ ਜ਼ਿਆਦਾ ਦੀ ਵੱਡੀ ਚੀਜ਼ ਹੈ ਨਹਿਰੀ ਪਾਣੀ ਨੂੰ ਲੈ ਕੇ ਜਿੰਨੇ ਵੀ ਖਾਲ ਬੰਦ ਹੋ ਚੁੱਕੇ ਨੇ ਲੋਕਾਂ ਨੇ ਭਾਵੇਂ ਵਾਹ ਲੈ ਨੇ ਉਹ ਖਾਲ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਦੁਬਾਰੇ ਉਹਨਾਂ ਖਾਲਾਂ ਨੂੰ ਪੂਰੇ ਜ਼ੋਰ ਦੇ ਨਾਲ ਜਿਉਂਦਾ ਕਰਕੇ ਉਹਨਾਂ ਨੂੰ ਪੱਕੇ ਕਰਾਂਗੇ ਜਾਂ ਕੁਝ ਵੀ ਕਿਸੇ ਵੀ ਤਰੀਕੇ ਦੇ ਨਾਲ ਪਰ ਉਹ ਖਾਲਾਂ ਦੇ ਵਿੱਚ ਜਿਹੜਾ ਤੁਹਾਨੂੰ ਨਹਿਰੀ ਪਾਣੀ ਵੇਖਣ ਨੂੰ ਮਿਲੇਗਾ ਇਹ ਕੋਸ਼ਿਸ਼ ਜਿਹੜੀ ਪੰਜਾਬ ਸਰਕਾਰ ਨੇ ਕਰਨੀ ਸ਼ੁਰੂ ਕਰ ਦਿੱਤੀ ਏ ਇਹ ਜਿਹੜਾ ਫੈਸਲਾ ਏ ਇਹ ਸਿਰੇ ਤਾਂ ਹੀ ਚੜਨਾ ਏ ਜੇਕਰ ਆਪਾਂ ਉਹਨਾਂ ਦਾ ਸਾਥ ਦਿੰਨੇ ਆ ਇਸ ਚੀਜ਼ ਨੂੰ ਲੈ ਕੇ ਜਿੰਨੇ ਵੀ ਕਿਸਾਨ ਨੇ ਸਾਰਿਆਂ ਨੂੰ ਹੰਬੜਾ ਮਾਰਨਾ ਚਾਹੀਦਾ ਹੈ ਖਾਲ ਪੱਕੇ ਕਰਾਉਣ ਦੇ ਵਾਸਤੇ ਜੇਕਰ ਜਿੰਨੀ ਜ਼ਿਆਦਾ ਤੁਸੀਂ ਆਵਾਜ਼ ਚੁੱਕੋਗੇ ਸਰਕਾਰ ਦੇ ਕੋਲੋਂ ਇਸ ਚੀਜ਼ ਦੀ ਮੰਗ ਕਰੋਗੇ ਉਨਾ ਜ਼ਿਆਦਾ ਵਧੀਆ ਤੁਹਾਨੂੰ ਇਹਦੇ ਉੱਤੇ ਕੰਮ ਜਿਹੜਾ ਹੁੰਦਾ ਨਜ਼ਰ ਆਊਗਾ ਨਹੀਂ ਤਾਂ ਉਹਨਾਂ ਨੇ ਫੈਸਲਾ ਲੈ ਦਿੱਤਾ ਇਹ ਥੱਲੇ ਇਹ ਜਿਹੜੇ ਫੈਸਲੇ ਲਮਕਦੇ ਫਿਰਦੇ ਹੁੰਦੇ ਨੇ ਕਈ ਵਾਰੀ ਜਦੋਂ ਆਪਾਂ ਧਿਆਨ ਨਹੀਂ ਦਿੰਦੇ ਤਾਂ ਕਿਤਾਬਾਂ ਦੇ ਵਿੱਚ ਇਹ ਚੀਜ਼ਾਂ ਜੜੀਆਂ ਪਈਆਂ ਰਹਿੰਦੀਆਂ ਨੇ ਆਪਾਂ ਨੂੰ ਲੋੜ ਐ ਇਸ ਸਮੇਂ ਕਿ ਆਪਾਂ ਇਸ ਗੱਲ ਦੇ ਉਹਨਾਂ ਦੀ ਸਲਾਗ ਵੀ ਕਰੀਏ ਤੇ ਨਾਲ ਦੀ ਨਾਲ ਸਾਥ ਵੀ ਦਈਏ ਆਪਣੀ ਜਿਹੜੇ ਤੁਹਾਡੇ ਖਾਲ ਨੇ ਉਹਨਾਂ ਦੀ ਨਿਸ਼ਾਨਦਹੀ ਹੋਣ ਦੇ ਬਾਰੇ ਤੁਸੀਂ ਆਪਣੇ ਪਟਵਾਰ ਘਰਾਂ ਦੇ ਵਿੱਚ ਜਾ ਕੇ ਪਟਵਾਰੀਆਂ ਦੇ ਕੋਲੋਂ ਜ਼ਰੂਰ ਪਤਾ ਕਰੋ ਕਿਉਂਕਿ ਬੜੇ ਜ਼ਿਆਦੇ ਇਲਾਕਿਆਂ ਦੇ ਵਿੱਚ ਖਾਲਾਂ ਦੀਆਂ ਨਿਸ਼ਾਨਦਈਆਂ ਹੋ ਪੱਕੇ ਹੋਣ ਲੱਗ ਪਏ ਇਹਨਾਂ ਦੇ ਵਿੱਚ ਜ਼ਿੰਮੇਵਾਰ ਸਹਿਯੋਗ ਨਹੀਂ ਕਰਦੇ ਉਹਨਾਂ ਦੇ ਹਾਲੇ ਕੋਈ ਨਿਸ਼ਾਨਦਈ ਵੀ ਨਹੀਂ ਹੋਈ ਕਿਉਂਕਿ ਸਰਕਾਰ ਦਾ ਇਹ ਕਹਿਣਾ ਹੈ ਭਗਵੰਤਮਾਨ ਸੀਐਮ ਸਾਹਿਬ ਦਾ ਕਿ ਅਸੀਂ ਮੋਟਰਾਂ ਬੰਦ ਕਰਵਾਉਣ ਦੇ ਉੱਤੇ ਕਿਸਾਨਾਂ ਨੂੰ ਮਜਬੂਰ ਕਰ ਦੇਵਾਂਗੇ ਨਹਿਰੀ ਪਾਣੀ ਇੰਨਾ ਕਿ ਜ਼ਿਆਦਾ ਆਊਗਾ ਤੁਹਾਡੇ ਖਾਲਾਂ ਦੇ ਵਿੱਚ ਕਿ ਤੁਹਾਨੂੰ ਮੋਟਰਾਂ ਜਿਹੜੀਆਂ ਚਲਾਉਣ ਦੀ ਲੋੜ ਹੀ ਨਹੀਂ ਪਊਗੀ ਜੇਕਰ ਤੁਸੀਂ ਆਪੋ ਆਪਣੇ ਖਾਲ ਜਿਹੜੇ ਬਣਵਾ ਲੈਂਦੇ ਹੋ ਤੁਹਾਡਾ ਕੀ ਕਹਿਣਾ ਹੈ ਸਭ ਦੇ ਬਾਰੇ ਸਾਡੇ ਨਾਲ ਕਮੈਂਟਾਂ ਦੇ ਵਿੱਚ ਜਰੂਰ ਸਾਂਝਾ ਕਰਿਓ ਜੇ ਆਪਣੇ opinion ਜਿਹੜੇ ਬਾਕੀ ਵੀਡੀਓ ਨੂੰ ਕਿਰਪਾ ਕਰਕੇ ਹੋਰ ਕਿਸਾਨਾਂ ਦੇ ਨਾਲ ਕਿਉਂਕਿ ਪੰਜਾਬ ਦਾ ਮਸਲਾ ਹੈ ਜਰੂਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ